ਦਾ ਬਹੁਤ ਬਹੁਤ ਸਵਾਗਤ ਹੈ। ਅਸੀਂ ਅੱਜ ਤੁਹਾਡੀ ਜਾਣ ਪਛਾਣ ਬੀਬੀ ਪਰਮਜੀਤ ਕੌਰ ਗੁਲਸ਼ਨ ਨਾਲ ਕਰਵਾ ਰਹੇ ਹਾਂ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਟਿਕਟ ਤੋਂ ਲੋਕ ਸਭਾ ਹਲਕਾ ਫਰੀਦਕੋਟ ਰਾਖਵਾਂ ਦੇ ਉਮੀਦਵਾਰ ਹਨ। ਬੀਬੀ ਗੁਲਸ਼ਨ ਜਿਹੜੇ ਇੱਥੋਂ ਦੇ ਸਿਟਿੰਗ MLA MP ਹਨ ਅਤੇ ਇਹ ਇਹਨਾਂ ਨੂੰ ਪਾਰਟੀ ਨੇ ਇਸ ਵਾਰ ਤੀਸਰੀ ਵਾਰ ਜਿਹੜੀ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਬੀਬੀ ਜੀ, ਅਸੀਂ ਤੁਹਾਡਾ ਅਜੀਤ ਵੈਬ TV 'ਤੇ ਸਵਾਗਤ ਕਰਦੇ ਹਾਂ ਅਤੇ ਤੁਸੀਂ ਇੱਕ ਆਪਣੇ ਜੀਵਨ ਬਾਰੇ ਅਤੇ ਰਾਜਨੀਤਿਕ ਪਿਛੋਕੜ ਬਾਰੇ ਸੰਖੇਪ ਤੋਂ ਸਾਨੂੰ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਮੈਂ ਆਪਣੇ ਪਿਛੋਕੜ ਬਾਰੇ ਗੱਲ ਕਰੂੰਗੀ। ਮੇਰੇ ਸਵਰਗਵਾਸੀ ਪਿਤਾ ਸਰਦਾਰ ਧੰਨਾ ਸਿੰਘ ਗੁਲਸ਼ਨ, ਜਿਹੜੇ 4 ਵਾਰੀ MLA ਰਹੇ, 2 ਵਾਰੀ MP ਬਣੇ ਔਰ 1977 ਦੇ ਵਿੱਚ ਉਹ ਸਪੋਰਟਸ ਅਤੇ ਐਜੂਕੇਸ਼ਨ ਮਿਨਿਸਟਰ ਰਹੇ। 9 ਸਾਲ ਦੇ ਸੀ ਜਦੋਂ ਮੇਰੇ ਪਿਤਾ ਜੀ ਜੈਪੁਰ ਦੇ ਮੋਰਚੇ ਦੇ ਵਿੱਚ ਉਹ ਸ਼ਹੀਦ ਚਲੇ ਗਏ ਸੀ। ਉਹਨਾਂ ਨੇ ਦੇਸ਼ ਪ੍ਰਤੀ, ਪੰਥ ਪ੍ਰਤੀ, ਕੌਮ ਪ੍ਰਤੀ ਅਤੇ ਪਾਰਟੀ ਪ੍ਰਤੀ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ। ਇਹੀ ਕਾਰਨ ਹੈ ਕਿ ਪਾਰਟੀ ਦੇ ਵਿੱਚ ਉਹਨਾਂ ਨੂੰ ਹਰ ਕਿਸਮ ਦਾ ਅਹੁਦਾ ਜਿਹੜਾ ਉਹ ਨਿਭਾਇਆ ਔਰ ਇਮਾਨਦਾਰੀ, ਮਿਹਨਤ, ਹਲੀਮੀ, ਨਰਮਾਈ ਉਹ ਸਾਰੀ ਉਮਰ ਉਹਨਾਂ ਦੇ ਵਿੱਚ ਇਹੀ ਰਹੀ ਹੈ। ਅੱਜ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਔਰ ਖਾਸ ਤੌਰ 'ਤੇ ਜਿਹੜੀ ਸਾਡੀ ਮਾਲਵਾ ਬੈਲਟ ਹੈ, ਅੱਜ ਵੀ ਸਵਰਗਵਾਸੀ ਸਰਦਾਰ ਧੰਨਾ ਸਿੰਘ ਗੁਲਸ਼ਨ ਨੂੰ ਬਹੁਤ ਯਾਦ ਕੀਤਾ ਜਾਂਦਾ ਔਰ ਯਾਦ ਸਤਿਕਾਰ ਦੇ ਨਾਲ ਕੀਤਾ ਜਾਂਦਾ ਹੈਗਾ। ਅਤੇ ਉਹਨਾਂ ਦੇ ਕਰਕੇ ਮੈਨੂੰ ਅੱਜ ਪਾਰਟੀ ਨੇ 3 ਵਾਰੀ ਟਿਕਟ ਦਿੱਤੀ ਨਵਾਜਿਆ। ਅਤੇ ਜੇ ਮੈਂ ਆਪਣੇ ਜੀਵਨ ਦੀ ਗੱਲ ਕਰਾਂ, ਮੈਂ ਬੜੇ ਸਧਾਰਨ, ਕਿਉਂਕਿ ਮੇਰੇ ਪਿਤਾ ਜੀ ਖੇਤ ਮਜ਼ਦੂਰ ਸੀ, ਬੜੀ ਗਰੀਬੀ ਦੇ ਵਿੱਚ ਅਸੀਂ ਜੰਮੇ ਹਾਂ, ਪਲੇ ਹਾਂ। 5 ਭੈਣਾਂ ਸੀ, 1 ਮੇਰਾ ਭਰਾ ਸੀ। ਉਹਨੇ ਜਿਹੜੀ ਮੁੱਢਲੀ ਸਿੱਖਿਆ ਉਹ ਸਾਰੀ ਸਾਡਾ ਜੱਦੀ ਪਿੰਡ ਆਦਿਆ ਚਲਾ। ਉਸ ਤੋਂ ਬਾਅਦ ਅਸੀਂ, ਕਿਉਂਕਿ ਸਾਡੇ ਪਿੰਡ 8ਵੀਂ ਦਾ ਸਕੂਲ ਸੀ, ਮੇਰੇ ਪਿਤਾ ਜੀ ਰਾਮਪੁਰਾ ਮੰਡੀ ਦੇ ਵਿੱਚ ਆਏ, ਉੱਥੇ ਮੈਂ 10ਵੀਂ ਪਾਸ ਕੀਤੀ। ਉਹ ਤੋਂ ਬਾਅਦ ਜਿਹੜੀ ਕਾਲਜ ਦੀ ਐਜੂਕੇਸ਼ਨ ਸੀ, ਸਿੱਖਿਆ ਸੀ, BA ਮੈਂ ਸ਼ਹੀਦ ਸਮਾਰਕ ਕਾਲਜ ਦੇ ਵਿੱਚ ਮੈਂ BA ਕੀਤੀ। BA ਮੈਂ ਸੀ ਜਿਹੜੀ ਉਹ ਮੁਕਤਸਰ ਖਾਲਸਾ ਕਾਲਜ ਤੋਂ ਕੀਤੀ। ਉਹ ਤੋਂ ਬਾਅਦ ਮੈਂ MA ਇਕਨੋਮਿਕਸ ਸੀ ਜਿਹੜੀ ਉਹ ਵੀ ਸ਼ਹੀਦ ਸਮਾਰਕ ਕਾਲਜ ਤੋਂ ਕੀਤੀ। MA ਸੋਸ਼ੋਲੋਜੀ ਮੈਂ ਘਰ ਰਹਿ ਕੇ ਪ੍ਰਾਈਵੇਟ ਤੌਰ 'ਤੇ ਅੰਮ੍ਰਿਤਸਰ ਤੋਂ ਕੀਤੀ ਸੀ। ਸੋ 30 ਸਾਲ ਮੈਂ ਸਿੱਖਿਆ ਦੇ ਮਹਿਕਮੇ 'ਚ ਕੰਮ ਕੀਤਾ। 1974 ਦੇ ਵਿੱਚ ਮੈਂ ਸਭ ਤੋਂ ਪਹਿਲਾਂ ਗਿੱਲ ਕਲਾ ਜਿਹੜਾ ਰਾਮਪੁਰੇ ਦੇ ਵਿੱਚ ਪੈਂਦਾ ਉੱਥੇ ਐਜ ਏ ਅਧਿਆਪਕਾ ਸੇਵਾ ਸ਼ੁਰੂ ਕੀਤੀ ਸੀ। ਉਹ ਤੋਂ ਬਾਅਦ ਮੇਰੀ ਪ੍ਰਮੋਸ਼ਨ ਹੋਈ ਅਤੇ ਮੈਂ ਹੈਡਮਿਸਟਰਸ ਵੀ ਰਹੀ, ਪ੍ਰਿੰਸੀਪਲ ਬਣੀ, ਡੈਪਟੀ DO ਰਹੀ। ਮੇਰੇ ਕਹਿਣ ਦਾ ਮਤਲਬ ਹੈ ਕਿ 30 ਸਾਲ ਮੈਂ ਐਜੂਕੇਸ਼ਨ ਮਹਿਕਮੇ ਦੇ ਵਿੱਚ ਕੰਮ ਕੀਤਾ। ਹਾਂ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਜਿਹੜੀ ਰਾਜਨੀਤਿਕ ਆਪਣਾ ਵਿਰਾਸਤ ਵਿੱਚ ਮਿਲੀ ਹੈ ਅਤੇ ਤੁਸੀਂ 2 ਵਾਰ MP ਵੀ ਰਹੇ ਹੋ, ਅਤੇ ਤੁਸੀਂ ਹੁਣ ਤੱਕ ਦੀਆਂ ਤੁਹਾਡੀਆਂ ਕੀ ਪ੍ਰਾਪਤੀਆਂ ਨੇ? ਦੇਖੋ, ਜਿਹੜਾ ਲੋਕ ਸਭਾ ਦਾ ਮੈਂਬਰ ਹੁੰਦਾ ਹੈ ਉਹ 2 ਕਿਸਮ ਦੀਆਂ ਉਹਦੀਆਂ ਮੇਨ ਵੱਡੀਆਂ ਡਿਊਟੀਆਂ ਆਪਾਂ ਕਹਿ ਸਕਦੇ ਹਾਂ। ਪਹਿਲੀ ਡਿਊਟੀ ਹੁੰਦੀ ਹੈ ਕਿ ਤੁਸੀਂ ਕੀ ਆਪਣੇ ਹਲਕੇ ਦੀ ਆਵਾਜ਼ ਉੱਥੇ ਸਵਾਲਾਂ ਨਹੀਂ ਜਾਂ ਕਿਸੇ ਡਿਬੇਟਸ ਦੇ ਵਿੱਚ ਭਾਗ ਲੈ ਕੇ, ਬਹਿਸ ਦੇ ਵਿੱਚ ਭਾਗ ਲੈ ਕੇ ਤੁਸੀਂ ਕਿਆ ਆਪਣੇ ਹਲਕੇ ਨੂੰ ਰੀਪ੍ਰਜੈਂਟ ਕੀਤਾ। ਸੋ ਮੈਨੂੰ ਇਹ ਦੱਸਦੇ ਆ ਕਿ ਖੁਸ਼ੀ ਹੁੰਦੀ ਆ, ਮਾਣ ਮਹਿਸੂਸ ਹੁੰਦਾ ਜਦੋਂ ਮੈਂ 2004 ਦੇ ਵਿੱਚੋਂ ਬਠਿੰਡੇ ਤੋਂ ਖੜ੍ਹੀ ਹੋਈ ਸੀ ਅਤੇ ਉੱਥੇ ਉਦੋਂ ਮੈਂ 100 ਸਵਾਲ ਪੁੱਛੇ ਸੀ ਔਰ ਬਹੁਤ ਕਾਫੀ ਬਹਿਸ ਦੇ ਵਿੱਚ ਵੀ ਮੈਂ ਭਾਗ ਲਿਆ ਸੀ। ਇੱਥੋਂ ਹੁਣ ਮੈਂ 2009 ਤੋਂ ਹਲਕਾ ਫਰੀਦਕੋਟ ਲੋਕ ਸਭਾ ਹਲਕੇ ਨੂੰ ਮੈਂ ਨੁਮਾਇੰਦਗੀ ਕਰ ਰਹੀ ਹਾਂ। ਹੁਣ ਮੈਂ 129 ਸਵਾਲ ਪੁੱਛੇ ਆ। 129 ਸਵਾਲ ਜਿਹੜੇ ਮੈਂ ਪੁੱਛੇ ਆ ਉਹ ਹਰ ਵਰਗ ਦੇ ਨਾਲ ਸੰਬੰਧਿਤ ਹੈ, ਹਰ ਜਿਹੜੀ ਸਾਡੀ ਕਹਿ ਸਕਦੇ ਹਾਂ ਵੀ ਕੌਮ ਨਾਲ, ਹਰ ਵਿਸ਼ੇ ਨਾਲ, ਹਰ ਮੇਰੇ ਹਲਕੇ ਦੇ ਭਾਗ ਦੇ ਨਾਲ ਇਹ ਸਾਰੇ ਜਿਹੜੇ ਸੰਬੰਧਿਤ ਹੈ। 28 ਜਿਹੜੀਆਂ ਬਹਿਸ ਹੁੰਦੀ ਹੈ ਲੋਕ ਸਭਾ ਦੇ ਵਿੱਚ ਉਹ ਵੀ ਮੈਂ, ਜਿਹੜੇ ਅਹਿਮ ਮੁੱਦੇ ਆ, ਰੇਲਵੇ ਦਾ ਹੋਇਆ, ਸਾਡੇ ਦਲਿਤ ਭਾਈਚਾਰੇ ਦਾ ਹੋਇਆ, ਬੇਰੁਜ਼ਗਾਰ ਬੱਚਿਆਂ ਦਾ ਹੋਇਆ, ਸਾਡੀਆਂ ਭੈਣਾਂ 'ਤੇ ਜਿਹੜੇ ਅੱਤਿਆਚਾਰ ਹੁੰਦੇ ਆ ਉਹਦੇ ਸੰਬੰਧ 'ਚ, ਮੇਰਾ ਕਿਸਾਨ ਹੈ ਸਾਡੇ, ਈਵਨ ਫੌਜੀ ਜਿਹੜੇ 1 rank 1 pension ਸੀ ਉਹਦੀ ਵੀ ਮੈਂ ਗੱਲ ਕਈ ਵਾਰੀ ਪ੍ਰਾਈਮ ਮਿਨਿਸਟਰ ਨੂੰ ਵੀ ਚਿੱਠੀਆਂ ਲਿਖੀਆਂ। ਬਾਕੀ ਕਈ ਜਿਹੜੀਆਂ ਜਿਵੇਂ ਰੇਲਵੇ 'ਚ ਬੜੀਆਂ, ਮੈਨੂੰ ਸਭ ਤੋਂ ਵੱਡੀ ਜਿਹੜੀ ਮੋਗੇ ਜਦੋਂ ਮੈਂ ਚੋਣ ਲੜਨ ਜਾਂਦੀ ਸੀ ਤਾਂ ਮੈਨੂੰ ਇੱਕੋ ਹੀ ਜਿਹੜਾ ਉੱਥੇ ਮੇਰੇ ਸਾਹਮਣੇ ਲਿਆਂਦਾ ਜਾਂਦਾ ਸੀ ਕਿ 1947 ਤੋਂ ਪਹਿਲਾਂ ਅਸੀਂ ਦਿੱਲੀ ਲਿੰਕ ਸਾਡਾ ਸੀਗਾ ਪਰ 1947 ਤੋਂ ਬਾਅਦ ਦੇਸ਼ ਦਾ ਆਜ਼ਾਦ ਹੋ ਗਿਆ, ਪਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਦਿੱਲੀ ਨਾਲੋਂ ਸਾਡਾ ਜਿਹੜਾ ਲਿੰਕ ਸੀ ਉਹ ਬਿਲਕੁਲ ਟੁੱਟ ਗਿਆ। ਸੋ ਉਹਨਾਂ ਦੀ ਜਿਹੜੀ ਮੰਗ ਮੈਂ ਪੂਰੀ ਕੀਤੀ ਹੈ, ਬਹੁਤ ਵਧੀਆ ਸ਼ਤਾਬਦੀ ਜਿਹੜੀ ਉੱਥੋਂ ਚਲਾ ਕੇ ਕੀਤੀ ਹੈ।
ਬੜੀਆਂ ਟ੍ਰੇਨ ਜਿਹੜੀਆਂ ਤਕਰੀਬਨ ਦਰਜਨਾਂ ਟ੍ਰੇਨ ਦੇ ਜਿਹੜੇ ਸਟੋਪੇਜ ਜਿਵੇਂ ਨਦੇੜ ਸਾਹਿਬ ਹਜ਼ੂਰ ਸਾਹਿਬ ਇਸ ਇਕੱਲੇ ਪਾਸੇ ਜਿਹੜਾ ਫਿਰੋਜ਼ਪੁਰ ਤੋਂ ਇੰਟਰਸਿਟੀ ਵੀ ਮੈਂ ਉਹਦੇ ਵਿੱਚ ਵੀ ਮੇਰਾ ਬਹੁਤ ਵੱਡਾ ਯੋਗਦਾਨ ਹੈ। ਇਸੇ ਤਰ੍ਹਾਂ ਜਿਹੜਾ ਕਿਉਂਕਿ ਮੈਂ ਰੇਲਵੇ ਦੀ ਕੰਸਲਟੇਟਿਵ ਕਮੇਟੀ ਦੀ ਮੈਂਬਰ ਰਹੀ ਹਾਂ, ਬੜੀਆਂ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਮੇਰੀਆਂ ਉਹ ਰੇਲਵੇ ਵਿਭਾਗ ਦੇ ਵਿੱਚ ਹੋਈਆਂ। ਇਸੇ ਤਰ੍ਹਾਂ ਜਿਹੜਾ ਇਹ ਆਪਣੇ ਖਾਸ ਤੌਰ 'ਤੇ ਮਾਲਵਾ ਵਿਭਾਗ ਦੇ ਵਿੱਚ ਕੈਂਸਰ ਦੀ ਪ੍ਰੋਬਲਮ ਹੈ, ਕੈਂਸਰ ਦੇ ਲਈ ਮੈਂ 32 ਲੱਖ ਰੁਪਈਆ ਜਿਹੜਾ ਪ੍ਰਧਾਨ ਮੰਤਰੀ ਕੋਸ਼ ਹੁੰਦਾ ਉਹਦੇ ਵਿੱਚੋਂ ਜਿਹਦੀ ਵੀ ਐਪਲੀਕੇਸ਼ਨ ਮੇਰੇ ਕੋਲ ਆਈ ਹੈ ਜਾਂ ਜਿਹੜਾ ਮੇਰੇ ਧਿਆਨ ਦੇ ਵਿੱਚ ਆਇਆ ਕੈਂਸਰ ਦਾ ਮਰੀਜ਼, ਉਹਨੂੰ ਮੈਂ ਗਾਈਡ ਕਰਕੇ ਉਹਨਾਂ ਦੀਆਂ ਐਪਲੀਕੇਸ਼ਨਾਂ ਲਈਆਂ, ਕੇਸ ਬਣਾ ਕੇ ਉਹ ਮੈਂ ਪ੍ਰਾਈਮ ਮਿਨਿਸਟਰ ਤੱਕ ਪਹੁੰਚਾਈਆਂ। ਔਰ ਉਹਦੇ ਵਿੱਚੋਂ ਬਹੁਤ ਸਾਰੇ ਕੇਸ ਜਿਨ੍ਹਾਂ ਦਾ ਕਿ ਟੋਟਲ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ 32 ਲੱਖ ਤੋਂ ਵੀ ਉੱਪਰ ਜਿਹੜਾ ਹੈ ਉਹ ਮੈਂ ਕੈਂਸਰ ਦੇ ਮਰੀਜ਼ਾਂ ਤੱਕ ਪਹੁੰਚਾਇਆ। ਇਸੇ ਤਰ੍ਹਾਂ ਕਿਉਂਕਿ ਮੈਂ ਲੋਕ ਸਭਾ ਦੇ ਵਿੱਚ ਕੈਂਸਰ 'ਤੇ ਬਹੁਤ ਕਈ ਵਾਰੀ ਮੈਂ ਬਹਿਸ ਦੇ ਵਿੱਚ ਜਾਂ ਕੁਐਸਚਨ ਸਵਾਲਾਂ ਰਾਹੀਂ, ਜਿਵੇਂ ਹੁਣ ਸਾਡਾ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਦਾ ਹੈ ਉਹਦੇ ਵਿੱਚ ਮੈਂ ਡਿਮਾਂਡ ਕੀਤੀ ਸੀ ਕਿ ਸਾਡਾ ਕੈਂਸਰ ਦਾ ਵੱਖਰਾ ਬਲੋਕ ਹੈ ਜਿਹੜਾ ਉਹ ਬਣਾਇਆ ਜਾਵੇ। ਸੋ ਉਹ ਵੱਖਰਾ ਬਲੋਕ ਹੈ ਜਿਹੜਾ ਉਹ ਹੁਣ ਕੈਂਸਰ ਦਾ ਇੱਥੋਂ ਬਹੁਤ ਵਧੀਆ ਇਲਾਜ ਹੋ ਰਿਹਾ ਹੈ ਅਤੇ ਸਾਡੇ ਲੋਕਾਂ ਨੂੰ ਇਹਦਾ ਬੜਾ ਵੱਡਾ ਫਾਇਦਾ ਹੋ ਰਿਹਾ। ਤੁਸੀਂ ਔਰਤ ਜਮਾਤ ਦੀ ਪ੍ਰਤੀਨਿਧਤਾ ਕਰਦੇ ਹੋ ਕਿ ਪਾਰਲੀਮੈਂਟ ਵਿੱਚ ਔਰਤਾਂ ਦਾ ਜਿਹੜਾ ਮਨੋਬਲ ਅਤੇ ਉਹਨਾਂ ਦਾ ਰਿਕਾਰਡ ਘੱਟ ਹੋਣ ਦੇ ਲਈ ਤੁਸੀਂ ਕੋਈ ਗੱਲ ਮੁਖਾਲਫ ਕੀਤੀ ਕਿਤੇ? ਅਸੀਂ ਜਿਹੜਾ ਕਿਉਂਕਿ ਦੇਸ਼ ਦੇ ਵਿੱਚ ਲਗਾਤਾਰ ਕਾਂਗਰਸ ਦਾ ਰਾਜ ਹੈ, ਇਹਨਾਂ 10 ਸਾਲਾਂ ਦੇ ਵਿੱਚ ਭਾਵੇਂ ਮੈਂ ਮੈਂਬਰ ਪਾਰਲੀਮੈਂਟ ਰਹੀ ਹਾਂ ਪਰ ਆਪੋਜੀਸ਼ਨ ਦੇ ਵਿੱਚ ਬੈਠੀ ਹਾਂ। ਪਹਿਲੀ ਗੱਲ ਤਾਂ ਇਹ ਵੀ ਲਗਾਤਾਰ 10 ਸਾਲਾਂ ਤੋਂ ਇਹ ਕਾਂਗਰਸ ਸਰਕਾਰ ਇਹ ਕਹਿ ਰਹੀ ਸੀ ਅਸੀਂ 80% ਜਿਹੜਾ ਹੈ ਆਤਮਾ ਕੰਮ ਕਰਾਂਗੇ, ਉਹਦੀ ਵਕਾਲਤ ਮੈਂ ਪੂਰੇ ਜ਼ੋਰ ਨਾਲ ਕੀਤੀ ਆਪਣੀ ਪਾਰਟੀ ਸਾਥੀਆਂ ਦੇ ਨਾਲ। ਇਸੇ ਤਰ੍ਹਾਂ ਜਿਹੜਾ ਡੋਮੈਸਟਿਕ ਵਾਇਲੈਂਸ ਸੀ ਉਹਦੇ 'ਤੇ ਵੀ ਮੈਂ ਆਪਣਾ ਜਦੋਂ ਬਹਿਸ ਹੋ ਗਿਆ ਉਹਦੇ 'ਤੇ ਵੀ ਰੱਖਿਆ। ਐਜੂਕੇਸ਼ਨ ਖਾਸ ਤੌਰ 'ਤੇ ਕਿਉਂਕਿ ਸਾਡੀ ਔਰਤ ਹੈ ਉਹ ਸਮਾਜ ਦੀ ਚੰਨਣ ਵਾਲੀ ਹੈ ਅਤੇ ਜਿੰਨੀ ਦੇਰ ਜਨਮ ਦਾਤੀ ਵੀ ਪੜ੍ਹੀ ਪੜ੍ਹ ਲਿਖ ਜੂਗੀ ਉਹਨਾਂ ਨੂੰ ਕੁੜੀਆਂ ਨੂੰ ਐਜੂਕੇਸ਼ਨ ਹੀ ਮਿਲ ਜੂਗੀ, ਉਨੀ ਦੇਰ ਤੱਕ ਸਾਡਾ ਸਮਾਜ ਹੈ ਜਿਹੜਾ ਉਹ ਤਕੜਾ ਨਹੀਂ ਹੋ ਸਕਦਾ, ਮਜ਼ਬੂਤ ਨਹੀਂ ਹੋ ਸਕਦਾ। ਇਸ ਕਰਕੇ ਮੈਂ ਇਸ ਚੀਜ਼ 'ਤੇ ਜ਼ੋਰ ਦਿੱਤਾ ਪਾਰਲੀਮੈਂਟ ਦੇ ਵਿੱਚ ਕਿ ਸਾਡੀ ਬੱਚੀਆਂ ਨੂੰ ਸਿੱਖਿਆ 'ਤੇ ਵੱਧ ਤੋਂ ਵੱਧ ਜ਼ੋਰ ਦੇਣਾ ਚਾਹੀਦਾ। ਤੁਸੀਂ ਜਿਹੜੇ ਇੱਥੋਂ ਦੇ ਇਲਾਕੇ ਦੇ ਲੋਕ ਸਭਾ ਦਾ ਫਰੀਦਕੋਟ ਦੇ ਜਿਹੜੇ ਭੱਖਦੇ ਮਸਲੇ ਕੀ ਕਹਿੰਦੇ ਹੋ? ਦੇਖੋ ਸਭ ਤੋਂ ਜ਼ਿਆਦਾ ਭੱਖਵਾਂ ਮਸਲਾ ਤਾਂ ਸਾਡਾ ਕੈਂਸਰ ਦਾ ਸੀ, ਉਹ ਅਸੀਂ ਬਹੁਤ ਹੱਦ ਤੱਕ ਕਿਉਂਕਿ ਅੱਗੇ ਇੱਕ ਟ੍ਰੇਨ ਜਾਂਦੀ ਸੀ ਜਿਹੜੀ ਜਨਤਾ ਟ੍ਰੇਨ ਸੀ ਉਹਨੂੰ ਜਨਤਾ ਟ੍ਰੇਨ ਨਹੀਂ ਸੀ ਕਿਹਾ ਜਾਂਦਾ, ਉਹ ਬੀਕਾਨੇਰ ਕੈਂਸਰ ਟ੍ਰੇਨ ਕਿਹਾ ਜਾਂਦਾ। ਪਰ ਅੱਜ ਜੇ ਅਸੀਂ ਆਪਾਂ ਉਹ ਦੇਖੀਏ ਤਾਂ ਉਹ ਟ੍ਰੇਨ ਤਕਰੀਬਨ ਹੁਣ ਖਾਲੀ ਜਾਂਦੀ ਹੈ ਜਿੱਥੇ ਕੈਂਸਰ ਦੇ ਮਰੀਜ਼ਾਂ ਨਾਲ ਭਰੀ ਜਾਂਦੀ ਸੀ। ਬੜੀਆਂ ਵੱਡੀਆਂ ਸਹੂਲਤਾਂ ਪੰਜਾਬ ਸਰਕਾਰ ਸਰਦਾਰ ਪ੍ਰਤਾਪ ਸਿੰਘ ਬਾਦਲ ਵੱਲੋਂ ਵੀ ਬਹੁਤ ਸਾਰੀਆਂ ਸਹੂਲਤਾਂ ਲੋਕ ਕੋਲ ਕੈਂਸਰ ਦੀਆਂ ਬੱਸਾਂ ਘਰ ਘਰ ਜਾਂਦੀਆਂ ਉੱਥੇ ਚੈੱਕ ਕਰਦੀਆਂ। ਮੇਰਾ ਕਹਿਣ ਦਾ ਮਤਲਬ ਵੀ ਜਿਹੜਾ ਸਭ ਤੋਂ ਵੱਡਾ ਅਹਿਮ ਮਸਲਾ ਸੀ ਉਹ ਕੈਂਸਰ ਦਾ ਸੀ, ਦੂਜਾ ਜਿਹੜਾ ਇੱਕ ਅਹਿਮ ਮੁੱਦਾ ਸਾਡਾ ਇਸ ਹਲਕੇ ਦਾ ਉਹ ਹੈ ਜਿਹੜਾ ਪਾਣੀ ਦੇ ਵਿੱਚ ਪੋਲਿਊਟਡ ਹੋਇਆ ਹੈ। ਉਹਦੇ ਲਈ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਵੱਡੇ ਉਦਮ ਕੀਤੇ ਜਾ ਰਹੇ ਹੈ, ਜਿਸ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ RO ਸਿਸਟਮ ਲਾਏ ਗਏ ਹੈ ਤਾਂ ਕਿ ਜਿਹੜੇ ਲੋਕ ਹੈ ਸ਼ੁੱਧ ਅਤੇ ਸਾਫ਼ ਪਾਣੀ ਹੈ ਉਹ ਪੀ ਸਕਣ। ਜਿਹੜੇ ਮੁੱਖ ਮੁੱਦੇ ਹੈ ਉਹ ਇਹ ਹੈ, ਬਾਕੀ ਸਾਡੇ ਜਿਹੜੇ ਨੌਜਵਾਨ ਬੱਚੇ ਹੈ ਉਹਨਾਂ ਦੀ ਬੇਰੁਜ਼ਗਾਰੀ ਦੀ ਵੀ ਬੜੀ ਵੱਡਾ ਇਹ ਸਮੱਸਿਆ ਹੈ। ਬੇਰੁਜ਼ਗਾਰੀ ਤਾਂ ਹੀ ਹਟ ਸਕਦੀ ਹੈ ਜੇ ਸੂਬੇ ਦੇ ਵਿੱਚ ਆਪਦੇ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਇੰਡਸਟਰੀ ਆਊਗੀ। ਪਰ ਮੈਨੂੰ ਅਫਸੋਸ ਹੈ, ਇਸ ਗੱਲ ਦਾ ਦੁੱਖ ਵੀ ਹੈ ਕਿ ਦੇਸ਼ ਦੇ ਵਿੱਚ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ, 55 ਸਾਲ ਰਾਜ ਕੀਤਾ ਅਤੇ ਜੇ ਆਪਾਂ ਇਹਨਾਂ 10 ਸਾਲਾਂ ਦੀ ਗੱਲ ਕਰ ਲਈਏ ਲਗਾਤਾਰ ਜਦੋਂ ਸੈਂਟਰ ਦੇ ਵਿੱਚ ਕਾਂਗਰਸ ਦਾ ਰਾਜ ਰਿਹਾ, ਇਹਨਾਂ 10 ਸਾਲਾਂ ਦੇ ਵਿੱਚ ਸਾਡੇ ਗੁਆਂਢੀ ਸੂਬੇ ਜਿੱਥੇ ਜਿਵੇਂ ਹਰਿਆਣਾ ਉੱਥੇ ਕਾਂਗਰਸ ਸੀ, ਇੱਧਰ ਹਿਮਾਚਲ ਰਾਜਸਥਾਨ ਦੀ ਗੱਲ ਕਰ ਲਈਏ ਉੱਥੇ ਕਿਉਂਕਿ ਕਾਂਗਰਸ ਦੀਆਂ ਸਟੇਟਸ ਦੇ ਵਿੱਚ ਕਾਂਗਰਸ ਦਾ ਰਾਜ ਸੀ, ਉੱਥੇ ਵੱਡੀਆਂ ਸਹੂਲਤਾਂ ਦਿੱਤੀਆਂ ਗਈਆਂ, ਇੰਡਸਟਰੀ ਨੂੰ ਵਿਸ਼ੇਸ਼ ਪੈਕੇਜ ਵੀ ਦਿੱਤੇ ਗਏ। ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਪੰਜਾਬ ਨੂੰ ਐਸਾ ਕੁਝ ਵੀ ਨਹੀਂ ਦਿੱਤਾ। ਪਰ ਇਸ ਗੱਲ ਦਾ ਅਫਸੋਸ ਹੈ ਕਿ ਦੇਖੋ ਸਰਕਾਰ 'ਤੇ ਹਰ ਇੱਕ ਦਾ ਹੱਕ ਹੈ, ਚਾਹੇ ਉਹ ਅਕਾਲੀ ਹੈ ਚਾਹੇ ਕਾਂਗਰਸੀ ਹੈ, ਕਿਉਂਕਿ ਉੱਥੇ ਹਰ ਸੂਬੇ ਦੇ ਵਿੱਚ ਹਰ ਕਿਸਮ ਦੇ ਲੋਕ ਵੱਸਦੇ ਹੈ। ਇਸ ਕਰਕੇ ਸਾਨੂੰ ਇਹ ਬਹੁਤ ਵੱਡਾ ਦੁੱਖ ਹੈ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਇਹਨਾਂ 10 ਸਾਲਾਂ ਦੇ ਵਿੱਚ ਵਿਤਕਰਾ ਕੀਤਾ ਗਿਆ, ਇਸੇ ਕਰਕੇ ਸਾਡੇ ਨੌਜਵਾਨ ਬੱਚੇ ਜਿਹੜੇ ਉਹ ਬੇਰੁਜ਼ਗਾਰ ਹੈ। ਤੁਸੀਂ ਦੇਖਿਆ ਕਿ ਪਿਛਲੇ ਸਮੇਂ 'ਚ ਆਪਾਂ ਦੇਖਿਆ ਰਾਜਨੀਤਿਕ ਮਾਹੌਲ ਦੇ ਅੰਦਰ ਜਿਹੜੀਆਂ ਕੇਂਦਰ ਦੇ ਵਿੱਚ ਗੱਠਜੋੜ ਦੀਆਂ ਸਰਕਾਰਾਂ ਬਣਦੀਆਂ ਆ ਰਹੀਆਂ ਅਤੇ ਤੁਸੀਂ ਉਮੀਦ ਕਰਦੇ ਹੋ ਵੀ ਇਸ ਵਾਰ ਜਿਹੜੀ ਕੋਈ ਸਥਿਰ ਸਰਕਾਰ ਹੋਣੀ ਚਾਹੂਗੀ? ਦੇਖੋ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਮੈਂ ਮਾਹੌਲ ਅੱਜ NDA ਦੇ ਹੱਥ 'ਚ ਹੈ। ਅੱਜ ਹਰ ਪਾਸੇ ਹਰ ਕੋਨੇ ਦੇ ਵਿੱਚ ਇਕੱਲੇ ਹਿੰਦੁਸਤਾਨ ਦੇ ਵਿੱਚ ਵੀ ਦੁਨੀਆਂ 'ਚ ਵੀ ਗੱਲ ਕਰ ਲਈ
अज नरेंद्र मोदी जी के प्रधानमंत्री बन दिया गलों से चर्चा चल रही है और ये बिल्कुल साफ से स्पष्ट हो गया क्योंकि इस गल अमरीका ने भी मान लिया। यही कारण है कि अमरीका ने अपने विशेष दूत मोदी जी को भेजा 9 साल उन्होंने उन्होंने वीजा नहीं दिता अमरीका जाने का, पर हूँ एक हाथ से कि हूँ इन्होंने दिनों के विशेष राजदूत भेजा उन्होंने कहा कि तुम हूँ आपका वीजा लगा सकते हैं। वो नरेंद्र मोदी जी के पिछे नहीं जा रहे, अमरीका एडा वड्डा देश है, नरेंद्र उन्होंने पता है कि नरेंद्र मोदी ने प्राइम मिनिस्टर बनना है, इंडिया तो बिना साड़ी गल नहीं चलनी। इस करके ये जो जो माहौल बनया हुआ हिंदुस्तान के और बिल्कुल स्थिर और एनडीए की स्पष्ट साफ से स्पष्ट सरकार। बहुत बहुत धन्यवाद बीबी जी, तुम साढ़े गलबात की है, धन्यवाद।